ਦਿੱਲੀ ਦੇ ਇਸਲਾਮਿਕ ਰਿਪਬਲਿਕ ਆਫ ਇਰਾਨ ਵੱਲੋਂ ਨਰੋਜ਼ ਦੇ ਮੌਕੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਕਿ ਇਰਾਨ ਨਾਲ ਜੁੜੀਆਂ ਵੱਖ-ਵੱਖ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਰਾਨ ਵਿੱਚ ਸੈਰ ਸਪਾਟੇ ਨੂੰ ਉਚਾ ਦੇਣ ਦੇ ਲਈ ਉੱਥੇ ਕੀ ਕੁਝ ਕੀਤਾ ਜਾ ਰਿਹਾ ਇਸ ਤੇ ਵੀ ਖਾਸ ਪ੍ਰੈਜੈਂਟੇਸ਼ਨ ਦਿੱਤੀ ਗਈ। ਖਾਸ ਗੱਲ ਇਹ ਰਹੀ ਕਿ ਇਸ ਮੌਕੇ ਇਰਾਨ ਦੇ ਐਂਬੈਸਡਰ ਡਾਕਟਰ ਅਲੀ ਵੱਲੋਂ ਭਾਸ਼ਣ ਦੇ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਖਾਸ ਪ੍ਰਦਰਸ਼ਨੀ ਦਾ ਪ੍ਰਬੰਧ ਵੀ ਕੀਤਾ ਗਿਆ ਜਿੱਥੇ ਇਰਾਨ ਦੀ ਸੰਸਕ੍ਰਿਤੀ ਸੱਭਿਅਤਾ ਨਾਲ ਜੁੜੀਆਂ ਵੱਖ-ਵੱਖ ਚੀਜ਼ਾਂ ਦੀ ਨੁਮਾਇਸ਼ ਵੇਖੀ ਗਈ। ਇਸ ਦੌਰਾਨ ਇਰਾਨ ਦੇ ਇੱਕ ਵਿਸ਼ੇਸ਼ ਮਿਊਜ਼ੀਕਲ ਗਰੁੱਪ ਵੱਲੋਂ ਖਾਸ ਪਰਫਾਰਮੈਂਸ ਵੀ ਪੇਸ਼ ਕੀਤੀ ਗਈ ਜਿਸ ਦੀ ਇੱਥੇ ਮੌਜੂਦ ਲੋਕਾਂ ਨੇ ਖੂਬ ਸ਼ਲਾਘਾ ਵੀ ਕੀਤੀ। ਅੱਜ ਦਾ ਦਿਨ ਇਰਾਨ ਅੰਬੈਸੀ ਨੌਰੂਜ਼ ਅਤੇ ਟੂਰਿਜ਼ਮ ਡੇ ਨੂੰ ਮਨਾ ਰਹੀ ਹੈ ਐਂਡ ਦੀ ਸਬਜੈਕਟ ਔਰ ਮੁੱਦਾ ਇਹ ਹੈ ਕਿ ਕਿਸ ਤਰ੍ਹਾਂ ਭਾਰਤ ਵਾਸੀਆਂ ਨੂੰ ਇਰਾਨ ਦੇ ਵਿੱਚ ਟੂਰਿਜ਼ਮ ਵਾਸਤੇ ਅਟਰੈਕਟ ਕੀਤਾ ਜਾਵੇ ਅਤੇ ਇਹਨਾਂ ਨੂੰ 550 ਸਾਲ ਗੁਰੂ ਨਾਨਕ ਦੇਵ ਜੀ ਬਾਰੇ ਵੀ ਦੱਸਿਆ ਗਿਆ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸੀ ਇਰਾਨ ਦੇ ਵਿੱਚ ਅਤੇ ਇਸ ਕਰਕੇ ਸਾਡੀ ਪ੍ਰੇਰਣਾ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਵੱਧ ਕੇ ਜੇ ਕਰਤਾਰਪੁਰ ਸਾਹਿਬ ਜਾਓਗੇ ਅੱਗੋਂ ਤੁਸੀਂ ਇਰਾਨੀ ਤਸ਼ਰੀਫ ਲੈ ਕੇ ਆਓ ਗੁਰਦੁਆਰਾ ਸਾਹਿਬ ਤਹਿਰਾਨ ਨੂੰ ਸਾਡੇ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਨੂੰ ਸਮਰਪਿਤ ਕੀਤਾ ਸੀ ਗੁਰੂ ਨਾਨਕ ਸਾਹਿਬ ਦੇ ਚਰਨ ਬੇਸਨ ਉਸ ਧਰਤੀ 'ਤੇ ਆਓ ਦਰਸ਼ਨ ਕਰੋ ਅਤੇ ਆਪਣੇ ਜੀਵਨ ਦਾ ਸੁੱਖ ਮਾਣੋ Even our music is very similar to each other and not only the culture even the spirit of the people also is the same soil and same spirit you see we have this event to introduce a small part of Iran to the new generation of Indian brothers and sisters here because as far as the two countries as too near during the centuries and thousands of years but the new generation needs to know each other So we believe the tourism industry between Iran and India can be a big industry one. Many millions of Iranians travel every year to abroad, but we will welcome them to come to India and vice versa. Iran also is a big country for receiving the dear brothers and sisters from India. So cultural activity between the two countries is the first step and the key gate for making the people to people contact and the people too familiar to each other so we welcome also the ideas that can share us in this such opportunity to introduce India also to Iran also Thank you.